ਸਾਸ਼ਿਕਾ ਮੇਰਾ ਨਾਮ ਮਨਰੀਤ ਕੌਰ ਹੈ ਅਸੀਂ ਦੇਵੀਗੜ੍ਹ ਦੇ ਨੇੜੇ ਪਿੰਡ ਆ ਸੁਰਕੜਾ ਫਾਰਮ ਉੱਥੋਂ ਆਉਂਦੇ ਹਾਂ ਅਤੇ ਇੱਥੇ ਅਸੀਂ ਇੱਕ ਸਾਲ ਪਹਿਲਾਂ ਅਪਰੋਕਸੀਮੇਟਲੀ ਮਤਲਬ ਡਾਕਟਰ ਗੋਲਡੀ ਕੋਲ ਦਵਾਈ ਸਟਾਰਟ ਕੀਤੀ ਸੀ ਬੀਬੀ ਦਾ ਪਲੈਨ ਸੀਗਾ ਸਾਡਾ ਅਤੇ ਡਾਕਟਰ ਬਹੁਤ ਵਧੀਆ ਸਾਡਾ ਐਕਸਪੀਰੀਅੰਸ ਵਧੀਆ ਰਿਹਾ ਡਾਕਟਰ ਨਾਲ ਅਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਡਿਲੀਵਰੀ ਹੁਣ ਕਰਵਾਈ ਆ 2 May ਨੂੰ ਬੇਬੀ ਦਾ ਬਰਥ ਹੋਇਆ ਸੀ ਅਤੇ ਹੋਸਪਿਟਲ ਦਾ ਐਕਸਪੀਰੀਅੰਸ ਵੀ ਸਾਡਾ ਬਹੁਤ ਵਧੀਆ ਰਿਹਾ ਸਟਾਫ ਵੀ ਵਧੀਆ ਡਾਕਟਰ ਸਾਰਾ ਕੁਛ ਵਧੀਆ ਸੀਗਾ ਅਤੇ ਸਾਨੂੰ ਇੱਕ ਦਿਨ ਦੀ ਸਟੇਅ ਸੀ ਸਾਰਾ ਕੁਛ ਬਹੁਤ ਵਧੀਆ ਸੀ ਅਤੇ ਥੈਂਕ ਯੂ ਮੈਂ ਡਾਕਟਰ ਗੋਲਡੀ ਮੈਂ ਸੀਨੀਅਰ ਕੰਸਲਟੈਂਟ ਗਾਇਨਕੋਲੋਜਿਸਟ ਮਨੀਪਾਲ ਹੋਸਪਿਟਲ 'ਚ ਪਿਛਲੇ 11 ਤੋਂ ਕੰਮ ਕਰ ਰਹੀ ਹਾਂ ਇਹ ਪੇਸ਼ੈਂਟ ਜਿਹੜੇ ਅਨੁਰੀਤ ਜਿਨ੍ਹਾਂ ਨੇ ਤੁਹਾਡੇ ਨਾਲ ਹੁਣੇ ਦੱਸਿਆ ਸ਼ੇਅਰ ਕੀਤੀਆਂ ਆਪਣੀਆਂ ਫੀਲਿੰਗਸ ਇਹ ਮੇਰੇ ਕੋਲ OPD ਵਿੱਚ ਆਏ ਸੀ ਇਹਨਾਂ ਦੀ ਮੈਰਿਜ ਨੂੰ 4 ਹੋ ਗਏ ਸੀ ਔਰ ਇਹਨਾਂ ਨੂੰ ਕੁਝ ਮੈਂਸਟਰਲ ਡਿਸਟਰਬੈਂਸਿਸ ਵੀ ਸੀ ਔਰ ਇਹ ਕੰਸੀਵ ਨਹੀਂ ਕਰ ਪਾ ਰਹੇ ਸੀ ਅਤੇ ਜਦ ਇਹਨਾਂ ਨੂੰ ਇਵੈਲੂਏਟ ਕੀਤਾ ਤਾਂ ਪਤਾ ਚੱਲਿਆ ਕਿ ਇਹਨਾਂ ਦਾ ਪ੍ਰੋਲੈਕਟਿਨ ਹਾਰਮੋਨ ਕਾਫੀ ਵਧਿਆ ਹੋਇਆ ਸੀ ਔਰ ਇਹਨਾਂ ਨੂੰ ਥੋੜ੍ਹੀ ਥਾਇਰਾਇਡ ਦੀ ਵੀ ਪ੍ਰੋਬਲਮ ਆਈ ਅਤੇ ਫਿਰ ਉਹ ਸਾਰਾ ਜਦ ਅਸੀਂ ਇਹਨਾਂ ਦਾ ਕਰੈਕਟ ਕਰਕੇ ਫਿਰ ਇਹਨਾਂ ਦੀ ਓਵੂਲੇਸ਼ਨ ਇੰਡਕਸ਼ਨ ਕੀਤੀ ਤਾਂ 3rd ਸਾਈਕਲ ਆਫ ਓਵੂਲੇਸ਼ਨ ਇੰਡਕਸ਼ਨ ਸ਼ੀ ਕੰਸੀਵਡ ਸਕਸੈਸਫੁਲੀ ਵਿਦ ਇੰਟਰਯੂਟਰਨ ਇਨਸੈਮੀਨੇਸ਼ਨ ਅਤੇ ਫਿਰ ਇਹਨਾਂ ਦੀ ਪ੍ਰੈਗਨੈਂਸੀ 'ਚ ਥਰੂ ਆਊਟ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਨੇ ਆਪਣਾ ਰੈਗੂਲਰ ਫੋਲੋਅਪ ਰੱਖਿਆ ਔਰ ਪਿੱਛੇ ਜਿਹੇ ਇਹਨਾਂ ਦੀ ਨੋਰਮਲ ਵਜਾਈਨਲ ਡਿਲੀਵਰੀ ਹੋਈ ਹੈ ਫੀਮੇਲ ਬੇਬੀ ਸ਼ੀ ਹੈਡ